ਹਿੰਦੀ ਸਿਨੇਮਾ ਦੇ ਵਿੱਚ ਸੌਂਗਸ ਦੀ ਰੀਮੇਕ ਦਾ ਟ੍ਰੈਂਡ ਤਾਂ ਚੱਲ ਹੀ ਰਿਹਾ, ਪਰ ਉੱਥੇ ਹੀ ਇੱਕ ਟ੍ਰੈਂਡ ਹੋਰ ਹੈ ਜੋ ਕਾਫੀ ਜ਼ਿਆਦਾ ਚੱਲਦਾ ਸੀ ਪਹਿਲੇ, ਪਰ ਹੁਣ ਇੱਕ ਵਾਰ ਫਿਰ ਤੋਂ ਟ੍ਰੈਂਡ ਵਾਪਸ ਆ ਰਿਹਾ ਹੈ, ਅਤੇ ਉਹ ਟ੍ਰੈਂਡ ਹੈ ਰੀਮੇਕ ਆਫ ਹਿੰਦੀ ਫਿਲਮਸ। ਕੁਝ ਰੀਮੇਕਸ ਦੇਖੇ ਵੀ ਗਏ ਜਿਵੇਂ ਕਿ ਡੌਨ ਫਿਲਮ, ਅਗਨੀਪਥ, ਜੋ ਕਿ ਬਲੋਕਬਸਟਰ ਫਿਲਮਸ ਰਹੀਆਂ, ਅਤੇ ਉੱਥੇ ਉਹਨਾਂ ਦੇ ਰੀਮੇਕ ਵੀ ਕਾਫੀ ਜ਼ਿਆਦਾ ਹਿੱਟ ਰਹੇ, ਅਤੇ ਉੱਥੇ ਕੁਝ ਅਜਿਹੀਆਂ ਫਿਲਮਾਂ ਰਹੀਆਂ ਜਿਨ੍ਹਾਂ ਦਾ ਰੀਮੇਕ ਕੁਝ ਜ਼ਿਆਦਾ ਵਧੀਆ ਨਾ ਕਰ ਪਾਏ। ਪਰ ਹੁਣ ਇੱਕ ਹੋਰ ਫਿਲਮ ਦਾ ਰੀਮੇਕ ਹੋਣ ਜਾ ਰਿਹਾ ਜੋ ਕਿ ਰਿਲੀਜ਼ ਹੋਈ ਸੀ 1978 ਵਿੱਚ, ਅਤੇ ਉਸ ਫਿਲਮ ਦਾ ਟਾਈਟਲ ਸੀ ਪਤੀ ਪਤਨੀ ਔਰ ਵੋ। ਅਤੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਏ ਸੀ ਸੰਜੀਵ ਕੁਮਾਰ, ਵਿਦਿਆ ਸਿਨਹਾ ਅਤੇ ਰਣਜੀਤਾ ਕੌਰ। ਇਸ ਫਿਲਮ ਦਾ ਕੋਨਸੈਪਟ ਸੀ ਕਿ ਹਸਬੈਂਡ ਐਂਡ ਵਾਈਫ ਅਤੇ ਦੂਸਰੀ ਔਰਤ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ, ਪਤੀ ਪਤਨੀ ਦੇ ਵਿੱਚ ਆਈ ਵੋ। ਜੀ ਹਾਂ, ਇਸ ਫਿਲਮ ਦਾ ਕੋਨਸੈਪਟ ਇਹ ਸੀ, ਤਾਂ ਹੁਣ ਇੱਕ ਵਾਰ ਫਿਰ ਤੋਂ ਇਸ ਕੋਨਸੈਪਟ ਵਾਲੀ ਫਿਲਮ ਨੂੰ ਲੈ ਕੇ ਆ ਰਹੇ ਨੇ, ਅਤੇ ਇਸ ਫਿਲਮ ਨੂੰ ਲੈ ਕੇ ਆ ਰਹੇ ਨੇ ਟੀ ਸੀਰੀਜ਼ ਕਾਫੀ ਜ਼ਿਆਦਾ ਚਰਚੇ ਦੇ ਵਿੱਚ ਹੈ, ਕਿਉਂਕਿ ਟੀ ਸੀਰੀਜ਼ ਕਾਫੀ ਅਜਿਹੇ ਗਾਣੇ ਲੈ ਕੇ ਆ ਰਹੀ ਹੈ ਜੋ ਰੀਮੇਕ ਹੈ ਪੁਰਾਣੇ ਹਿੰਦੀ ਸੌਂਗਸ ਦਾ, ਜਿਵੇਂ ਹਾਲ ਹੀ ਦੇ ਵਿੱਚ ਉਹਨਾਂ ਨੇ ਰਿਲੀਜ਼ ਕੀਤਾ ਜ਼ਿੰਦਗੀ ਮੇ ਕਭੀ ਕੋਈ ਆਏ ਨਾ ਰੱਬਾ। ਇਹ ਸੌਂਗ ਉਹਨਾਂ ਨੇ ਰੀਮੇਕ ਕਰਕੇ ਰਿਲੀਜ਼ ਕੀਤਾ ਹੈ, ਅਤੇ ਉਸ ਤੋਂ ਪਹਿਲੇ ਉਹ ਸਾਕੀ ਸਾਕੀ, ਦਿਲਬਰ ਅਤੇ ਪਿਆਰ ਦੋ ਪਿਆਰ ਲੋ, ਇਹ ਸਾਰੇ ਗਾਣੇ ਕਾਫੀ ਜ਼ਿਆਦਾ ਹਿੱਟ ਗਏ ਨੇ ਟੀ ਸੀਰੀਜ਼ ਦੇ ਲੇਬਲ ਅੰਡਰ ਜੋ ਰਿਲੀਜ਼ ਹੋਏ ਸੀ। ਅਤੇ ਹੁਣ ਟੀ ਸੀਰੀਜ਼ ਪ੍ਰੈਜੈਂਟ ਕਰ ਰਹੀ ਹੈ ਇੱਕ ਨਵੀਂ ਫਿਲਮ ਜੋ ਕਿ ਰੀਮੇਕ ਹੋਵੇਗੀ ਇੱਕ ਪੁਰਾਣੀ ਹਿੰਦੀ ਫਿਲਮ ਦਾ। ਅਤੇ ਹੁਣ ਇਸ ਫਿਲਮ ਦਾ ਨਾਮ ਵੀ ਪਤੀ ਪਤਨੀ ਔਰ ਵੋ ਹੀ ਰੱਖਿਆ ਗਿਆ, ਅਤੇ ਇਸ ਫਿਲਮ ਦੀ ਫਰੈਸ਼ ਔਰ ਯੰਗ ਸਟਾਰਕਾਸਟ ਦੇ ਵਿੱਚ ਹੈ ਕਾਰਤਿਕ ਆਰੀਅਨ, ਭੂਮੀ ਪਡਨੇਕਰ ਅਤੇ ਅਨੰਨਿਆ ਪਾਂਡੇ। ਅਤੇ ਤਿੰਨੋਂ ਫਾਈਨ, ਯੰਗ ਅਤੇ ਟੈਲੈਂਟਡ ਐਕਟਰ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ, ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹਨਾਂ ਤਿੰਨਾਂ ਨੇ ਕੁਝ ਪਿਕਚਰਸ ਅਤੇ ਕੁਝ ਵੀਡੀਓ ਸ਼ੇਅਰ ਕੀਤੀਆਂ ਸੀ ਕਾਫੀ ਚਿਰ ਪਹਿਲੇ ਆਪਣੇ ਬਿਹਾਈਂਡ ਦੇ ਸੀਨਸ ਤੋਂ, ਔਰ ਫਨ ਕਰਦੇ ਹੋਏ ਸਾਨੂੰ ਇਹ ਨਜ਼ਰ ਆ ਰਹੇ ਸੀ ਤਿੰਨੋਂ। ਪਰ ਹੁਣ ਫਾਈਨਲੀ ਇਸ ਫਿਲਮ ਦੇ ਤਿੰਨ ਪੋਸਟਰਸ ਰਿਵੀਲ ਕਰ ਦਿੱਤੇ ਗਏ ਨੇ, ਅਤੇ ਤਿੰਨ ਪੋਸਟਰ ਇਸ ਲਈ ਰਿਵੀਲ ਕੀਤੇ ਨੇ ਕਿਉਂਕਿ ਇਹ ਤਿੰਨੋਂ ਪੋਸਟਰਸ ਬਿਲਕੁਲ ਡਿਫਰੈਂਟ ਨੇ, ਔਰ ਤਿੰਨ ਕਰੈਕਟਰਸ ਰਿਵੀਲ ਕੀਤੇ ਗਏ ਨੇ ਇਹਨਾਂ ਪੋਸਟਰਸ ਦੇ ਥਰੂ। ਇਸ ਫਿਲਮ ਦੇ ਪਹਿਲੇ ਪੋਸਟਰ ਦੇ ਵਿੱਚ ਦਿਖਾਏ ਗਏ ਨੇ ਚਿੰਟੂ ਤਿਆਗੀ, ਯਾਨੀ ਕਿ ਕਾਰਤਿਕ ਆਰਿਅਨ, ਜਿਸ ਫਿਲਮ ਦੇ ਵਿੱਚ ਪਤੀ ਦਾ ਕਿਰਦਾਰ ਨਿਭਾ ਰਹੇ ਨੇ, ਅਤੇ ਉਹਦੇ ਸੈਕਿੰਡ ਪੋਸਟਰ ਦੇ ਵਿੱਚ ਸਾਨੂੰ ਨਜ਼ਰ ਆ ਰਹੀ ਹੈ ਭੂਮੀ ਪਿੜਨੇਕਰ, ਜਿਸ ਫਿਲਮ ਦੇ ਵਿੱਚ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ, ਅਤੇ ਥਰਡ ਪੋਸਟਰ ਦੇ ਵਿੱਚ ਸਾਨੂੰ ਪਤੀ ਔਰ ਪਤਨੀ ਦੇ ਵਿੱਚ ਆਈ ਵੋ ਔਰਤ ਨਜ਼ਰ ਆ ਰਹੀ ਹੈ, ਯਾਨੀ ਕਿ ਅਨੰਨਿਆ ਪਾਂਡੇ। ਅਤੇ ਆਓ ਫਿਰ ਚੈੱਕ ਕਰਦੇ ਇਹਨਾਂ ਤਿੰਨਾਂ ਇੰਟਰਸਟਿੰਗ ਔਰ ਵੈਰੀ ਕਲਾਸੀ ਪੋਸਟਰਸ ਨੂੰ। ਚਿੰਟੂ ਤਿਆਗੀ ਦੇ ਪੋਸਟਰ ਤੇ ਲਿਖਿਆ ਹੋਇਆ ਲੀਜੀਏ ਖਤਮ ਹੋ ਗਿਆ ਇੰਤਜ਼ਾਰ, ਆ ਗਏ ਹਾਲਾਤ ਕੇ ਸ਼ਿਕਾਰ। ਭੂਮੀ ਪਿੜਨੇਕਰ ਦੇ ਪੋਸਟਰ ਤੇ ਲਿਖਿਆ ਜ਼ਰਾ ਹਾਈ ਮੇਨਟੇਨੈਂਸ ਹੈ ਹਮ ਇਮੋਸ਼ਨਲੀ। ਤੇ ਉਹਦੇ ਅਨੰਨਿਆ ਪਾਂਡੇ ਫਿਲਮ ਦੇ ਪੋਸਟਰ ਦੇ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਨੇ, ਤੇ ਇਸ ਪੋਸਟਰ ਦੇ ਵਿੱਚ ਲਿਖਿਆ ਹੋਇਆ ਇਹ ਅਗਨੀਪਥ ਹੈ ਇਸੇ ਕੋਈ ਪਾਰ ਨਹੀਂ ਕਰ ਪਾਇਆ। ਚਿੰਟੂ ਤਿਆਗੀ ਜੀ ਪੋਸਟਰ ਦੇ ਵਿੱਚ ਬਾਲ ਬਣਾਏ ਹੋਏ ਸਕੂਟਰ ਤੇ ਆਫਿਸ ਜਾਂਦੇ ਲੱਗਦੇ ਤਾਂ ਸ਼ਰੀਫ ਪਏ ਆ, ਪਰ ਉੱਥੇ ਉਹਨਾਂ ਦੇ ਅੱਖ ਮਾਰਨ ਦੇ ਅੰਦਾਜ਼ ਤੋਂ ਇਹ ਪਤਾ ਲੱਗ ਗਿਆ ਕਿ ਉਹ ਸ਼ਰੀਫ ਬਿਲਕੁਲ ਨਹੀਂ ਹਨ। ਤੇ ਇਹ ਸਭ ਤੋਂ ਚੀਜ਼ਾਂ ਅਨਵੀਲ ਹੋਣਗੀਆਂ ਫਿਲਮ ਦੇ ਵਿੱਚ ਜੋ ਕਿ ਰਿਲੀਜ਼ ਹੋਵੇਗੀ 6th December ਨੂੰ, ਤੇ ਇਸ ਫਿਲਮ ਨੂੰ ਪ੍ਰੈਜੈਂਟ ਕਰਨਗੇ ਟੀ ਸੀਰੀਜ਼। ਫਿਲਮ ਦੇ ਪੋਸਟਰ ਦੇ ਵਿੱਚ ਇੱਕ ਕਾਮਨ ਚੀਜ਼ ਬਣ ਚੁੱਕੀ ਹੈ ਇੱਕ ਟੈਗਲਾਈਨ, ਤੇ ਹਰ ਫਿਲਮ ਦੇ ਪੋਸਟਰ ਦੇ ਵਿੱਚ ਦੇਖੀ ਜਾਂਦੀ ਹੈ ਟੈਗਲਾਈਨ ਇੱਕ ਕੈਚੀ ਤੇ ਇੰਪ੍ਰੈਸਿਵ ਅੰਦਾਜ਼ ਦੇ ਵਿੱਚ, ਤੇ ਉਹਦੇ ਇਸ ਫਿਲਮ ਦੇ ਤਿੰਨੋਂ ਪੋਸਟਰਸ ਰੀਡ ਕਰਦੇ ਨੇ ਪਤੀ ਪਤਨੀ ਔਰ ਵੋ, ਯਾਨੀ ਕਿ ਇਹ ਫੁੱਲ ਪੈਕੇਜ ਐਂਟਰਟੇਨਮੈਂਟ ਫਿਲਮ ਹੋਵੇਗੀ ਜਿਸ ਨੂੰ ਡਾਇਰੈਕਟ ਕਰ ਰਹੇ ਨੇ ਮੁਦੱਸਰ ਅਜ਼ੀਜ਼। ਅਤੇ ਇਹ ਫਿਲਮ ਰਿਲੀਜ਼ ਹੋਵੇਗੀ 6th December ਨੂੰ, ਯਾਨੀ ਕਿ ਸਰਦੀਆਂ ਦੇ ਆਸ ਪਾਸ, ਅਤੇ ਉੱਥੇ ਅਸੀਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਇਸ ਫਿਲਮ ਨੂੰ ਦੇਖਣ ਦੇ ਲਈ, ਐਂਡ ਆਈ ਐਮ ਸ਼ੋਰ ਕਿ ਤੁਸੀਂ ਵੀ ਇਹਨਾਂ ਦੀ ਕੈਮਿਸਟਰੀ ਨੂੰ ਅਤੇ ਇਹਨਾਂ ਦੀ ਨੋਕ ਝੋਕ ਨੂੰ ਦੇਖਣ ਲਈ ਵੀ ਐਕਸਾਈਟਡ ਹੋ, ਪਰ ਤੁਹਾਡੀ ਐਕਸਾਈਟਮੈਂਟ ਅਸੀਂ ਜਾਣਨਾ ਚਾਹਾਂਗੇ। ਸੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਕਿੰਨੇ ਕੁ ਐਕਸਾਈਟਡ ਹੋ, ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ, ਅਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ